ਜਿਹੜਾ 5 ਤਰੀਕ ਦਾ ਸਾਡਾ FCI ਦੇ ਇਕਦਾਮਾਂ ਅੱਗੇ ਅਤੇ ਦਫ਼ਤਰ ਨੂੰ ਘਿਰਾਓ ਹੈ, ਉਹ ਸੰਯੁਕਤ ਮੋਰਚੇ ਵੱਲੋਂ ਜਿਹੜਾ ਹੈ ਉਹ ਐਕਸ਼ਨ ਦਿੱਤਾ ਗਿਆ। ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੇ ਹਿੰਦੁਸਤਾਨ 'ਚ FCI ਦੇ ਦਫ਼ਤਰਾਂ ਦਾ ਘਿਰਾਓ ਕਰੇਂਗੇ। ਉਹਦਾ ਅਰਥ ਇਹ ਹੈ ਵੀ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ FCI ਦੀ ਖਰੀਦ ਬੰਦ ਕਰਨ ਦੀ ਜਿਹੜੀ ਉਹ ਗੱਲ ਕਰਤੀ ਹੈ ਅਤੇ ਉਹ ਪੰਜਾਬ ਦੀ ਸਰਕਾਰ ਨੂੰ ਥ੍ਰੈਟ ਕਰ ਰਹੀ ਹੈ ਵੀ ਜੇ ਤੁਸੀਂ ਨਗਦ ਪੈਸੇ ਸਿੱਧੇ ਪੈਸੇ ਜ਼ਿਮੀਂਦਾਰਾਂ ਦੇ ਖਾਤੇ 'ਚ ਨਾ ਪਾਏ ਅਤੇ ਅਸੀਂ ਤੁਹਾਡੀ ਖਰੀਦ ਨਹੀਂ ਕਰਾਂਗੇ। ਜੇ ਇਹਦਾ ਮਤਲਬ ਕੀ ਹੈ, ਦੋ ਇਹਦੇ ਅਰਥ ਹਨ। ਇੱਕ ਤਾਂ ਇਹ ਅਰਥ ਹੈ ਵੀ ਸਾਡੇ ਨਾਲ ਸਿੱਧਾ ਜਿਹੜਾ ਨਾਤਾ ਆੜ੍ਹਤੀਆਂ ਦਾ ਅਤੇ ਕਿਸਾਨਾਂ ਦਾ ਜਿਹੜਾ ਹਜ਼ਾਰਾਂ ਸਾਲਾਂ ਤੋਂ ਜਿਹੜਾ ਉਹ ਚੱਲਦਾ ਉਹ ਨਾਤੇ ਨੂੰ ਤੋੜਨ 'ਤੇ ਸਰਕਾਰ ਤੁਰੀ ਹੈ। ਦੂਜਾ ਇਹ ਹੈ ਵੀ ਜਿਹੜੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਦੂਜਾ ਹੈ, ਇਹਨਾਂ ਦਾ ਇੰਨਾ ਪਿਆਰ ਹੈ ਵੀ ਇਹ ਇੱਕ ਦੂਜੇ ਦੇ ਨਾਲ ਜਿਹੜਾ ਹੈ ਉਹ ਬੁੱਤਾ ਵੀ ਸਾਰਦੇ ਆ ਅਤੇ ਇੱਕ ਦੂਜੇ ਦਾ ਸਹਾਈ ਵੀ ਹੁੰਦੇ ਆ। ਤੀਜੀ ਗੱਲ ਇਹ ਹੈ, ਪੰਜਾਬ ਦੇ ਵਿੱਚ ਇੱਕ ਦਿਖਾਂਤ ਹੈ ਵੀ ਜਿਹੜਾ ਕਿਸਾਨ ਹੈ ਉਹ ਬਹੁਤ ਘੱਟ ਹੈ ਜਿਹੜੇ ਆਪ ਖੇਤੀ ਕਰ ਰਹੇ ਹੈ। ਜਿਵੇਂ ਇੱਥੇ ਪੰਜਾਬ ਦੇ ਲੋਕ ਬਾਹਰ ਬਹੁਤ ਗਏ ਵੇ ਹੈ, NRI ਹੈ, ਅਤੇ ਲੋਕਾਂ ਨੇ ਆਪਣੀ ਜ਼ਮੀਨ ਤੋਂ ਇਲਾਵਾ ਠੇਕੇ 'ਤੇ ਜ਼ਮੀਨ ਜਿਹੜੀ ਹੈ ਉਹ ਲਈ ਹੈ ਅਤੇ ਸਰਕਾਰ ਨੇ ਕੇਂਦਰ ਦੀ ਨੇ ਇੱਕ ਲੈਟਰ ਕੱਢਿਆ ਹੈ ਵੀ ਇਹਨੂੰ NRI ਨਾਲ ਜਿਹੜਾ ਉਹ ਜੋੜੇ ਜਾਵੇ, ਫਰਦਾਂ ਜੋੜੀਆਂ ਜਾਣ ਅਤੇ ਉਹ FCI ਨੂੰ ਦਿੱਤੀਆਂ ਜਾਣ। ਜਿਹਦੇ ਵੀ FCI ਦੇ ਕੋਲ ਫਰਦਾਂ ਹੋਣਗੀਆਂ ਉਹਨਾਂ ਨੂੰ ਹੀ ਉਹ ਪੈਸੇ ਜਿਹੜੇ ਉਹਨਾਂ ਦੇ ਖਾਤੇ 'ਚ ਪਾਏ ਜਾਣਗੇ। ਜਿਹੜੇ ਲੋਕ ਜਿਹੜੇ ਠੇਕੇ 'ਤੇ ਕੰਮ ਲੈਂਦੇ ਆ ਉਹਨਾਂ ਦੀਆਂ ਫਰਜ਼ਾਂ ਕੋਈ ਨਹੀਂ ਹੁੰਦੀਆਂ, ਉਹ ਮਾਲਕ ਦੀਆਂ ਹੁੰਦੀਆਂ। ਜਿਹੜੇ ਲੋਕ ਮਾਲਕ NRI ਬਾਹਰ ਮੁਲਕ ਬੈਠੇ ਆ ਅਤੇ ਕਾਸ਼ਤਕਾਰ ਇੱਥੇ ਕਰਦਾ, ਉਹਨੂੰ ਪੈਸੇ ਦੀ ਅੱਜ ਲੋੜ ਹੈ ਅਤੇ ਉਹ NRI ਦੇ ਖਾਤੇ 'ਚ ਜਮ੍ਹਾਂ ਹੋ ਜਾਊਗਾ। NRI 6 ਮਹੀਨੇ ਨੂੰ ਆਵੇ, ਸਾਲ ਨੂੰ ਆਵੇ, ਜਦੋਂ ਵੀ ਆਊਗਾ ਅਤੇ ਉਹਦੀ ਮਰਜ਼ੀ ਹੈ ਕਢਾ ਕੇ ਇੱਥੇ ਦੇਵੇ ਜਾਂ ਨਾ ਦੇਵੇ। ਦੂਜੀ ਗੱਲ, ਜਿਹੜਾ ਕਿਸਾਨ ਠੇਕੇ 'ਤੇ ਕੰਮ ਜ਼ਮੀਨ ਲੈਂਦਾ ਹੈ, ਮਾਲਕ ਦੇ ਕੋਲ ਪੈਸੇ ਆ ਜਾਣ ਫਿਰ ਮਾਲਕ ਤੜਫਾ ਕੇ ਦੇਊਗਾ। ਕਈ ਵਾਰੀ ਤਾਂ ਬੇਈਮਾਨ ਲੋਕ ਵੀ ਹੁੰਦੇ ਜਿਹੜਾ ਠੇਕੇ ਵਾਲੇ ਨੂੰ ਪੈਸੇ ਨਹੀਂ ਦਿੰਦੇ ਅਤੇ ਉਹ ਮਤਲਬ ਉਹਦੇ ਵਿੱਚੋਂ ਅੱਧ ਰੱਖ ਸਕਦੇ ਆ। ਇਸ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਜਿਹੜਾ ਸੰਯੁਕਤ ਮੋਰਚਾ ਹੈ ਵੀ ਇਹ FCI ਦਾ ਜਿਹੜਾ ਖਤਮ ਕਰਨਾ ਉਹ 3 ਜਿਹੜੇ ਕਾਲੇ ਕਾਨੂੰਨ ਹਨ ਉਹਨੂੰ ਲਾਗੂ ਕਰਨ ਦੀ ਸ਼ੁਰੂਆਤ ਹੈ। ਨੰਬਰ 2, ਵੀ ਸਰਕਾਰ ਸਾਡੇ ਨਾਲ ਜਿੱਦ ਕਰਦੀ ਹੈ। ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਹੈ, ਪੰਜਾਬ ਸਰਕਾਰ ਨੇ ਭਾਵੇਂ ਲੈਟਰ ਲਿਖ ਦਿੱਤਾ ਹੈ ਵੀ ਸਾਨੂੰ ਹੋਰ ਸਮਾਂ ਦਿੱਤਾ ਜਾਵੇ, ਪਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ, ਲੈਟਰ ਨਾ ਲਿਖੋ ਅਤੇ ਨਾ ਮਰਿਆਦ ਵਧਾਓ। ਇਹਦੇ ਲਈ ਤੁਸੀਂ ਡਟ ਕੇ ਕੇਂਦਰ ਦੀ ਸਰਕਾਰ ਨਾਲ ਲੜਾਈ ਕਰੋ, ਉੱਥੇ ਧਰਨਾ ਦਿਓ ਵੀ ਅਸੀਂ ਜਿਹੜੇ ਸਿੱਧੇ ਪੈਸੇ ਨਹੀਂ ਪਾਵਾਂਗੇ
ਅਸੀਂ ਜਿਹੜਾ ਕਣਕ ਚੁਕਾਵਾਂਗੇ ਆੜ੍ਹਤੀਆਂ ਦੇ ਥਰੂ ਚਾਵਾਂਗੇ, ਅਤੇ ਪੰਜਾਬ ਦੇ ਵਿੱਚ ਇਹ ਲਾਗੂ ਨਹੀਂ ਹੋ ਸਕਦਾ ਜੇ ਡਟ ਕੇ ਸਰਕਾਰ ਅਤੇ ਲੋਕ ਲੜਾਈ ਦੇਣ ਅਤੇ ਕੇਂਦਰ ਸਰਕਾਰ ਦੀ ਕੋਈ ਜ਼ਰੂਰਤ ਨਹੀਂ ਹੈ ਉਸ ਚਿੱਠੀ ਨੂੰ ਜਿਹੜੀ ਵਾਪਸ ਨਾ ਲਵੇ, ਅਸੀਂ ਚਿੱਠੀ ਵਾਪਸ ਕਰਵਾਉਣ ਤੱਕ ਜਿਹੜਾ ਹੈ ਮਤਲਬ ਉਹਨੂੰ ਲੜਾਈ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲੇਕਿਨ ਜਿਹੜੇ ਕੱਲ੍ਹ ਦਾ ਪ੍ਰੋਗਰਾਮ ਸੀ ਇਹ ਮਹਾਂ ਸਿੰਘ ਰੌੜੀ ਸਾਹਿਬ ਨੇ ਸਾਨੂੰ ਦੱਸ ਦਿੱਤਾ ਹੈ, ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕੱਲ੍ਹ ਨੂੰ ਕੀ ਕਰਨਾ ਹੈ। ਪਰ ਜਿਹੜਾ 3 ਤਰੀਕ ਨੂੰ ਹਾਦਸਾ ਹੋਇਆ ਹੈ, ਇਹ ਜੋ BJP ਦੇ ਗੁੰਡਿਆਂ ਨੇ ਜੋ ਕੀਤਾ ਹੈ, ਮੇਰਾ ਖਿਆਲ ਪੂਰੇ ਵਰਲਡ ਵਿੱਚ ਪਤਾ ਲੱਗ ਗਿਆ ਵੀ BJP ਦੇ ਗੁੰਡਿਆਂ ਨੇ ਕੀ ਕੁਛ ਕਿਹਾ ਹੈ। ਟਿਕੈਤ 'ਤੇ ਹਮਲਾ, ਜਦੋਂ ਤੋਂ ਕਿਸੇ BJP ਵਾਲਿਆਂ ਨੂੰ ਅੱਜ ਸੋਚਦਾ ਵੀ ਪੰਜਾਬ ਦੇ ਵਿੱਚ ਫਲਾਣੇ 'ਤੇ ਰੈਲੀਆਂ ਕਰਨੀਆਂ ਜਾਂ ਫਲਾਣੇ 'ਤੇ ਮੱਥਾ ਟੇਕਣ ਜਾਣਾ ਜਾਂ ਫਲਾਣੇ 'ਤੇ ਕਰਨਾ, ਜਦੋਂ ਤਾਂ BJP 'ਤੇ ਕੁਛ ਹਾਦਸਾ ਹੋ ਰਿਹਾ ਤਾਂ ਉਹ ਹਲਾ ਲੱਲਾ ਮਚਾ ਦਿੰਦੇ ਆ ਵੀ ਆਹ ਕੁਛ ਕਰ ਰਹੇ ਆ। ਜਿੱਦਣ ਟਿਕੈਤ 'ਤੇ ਹਮਲਾ ਹੋਇਆ, ਕਿਸੇ ਵੀ BJP ਦਾ ਬਿਆਨ ਨਹੀਂ ਆਇਆ ਵੀ ਮਾੜੀ ਗੱਲ ਹੋਈ ਆ। ਅਸੀਂ ਦੱਸਣਾ ਚਾਹੁੰਦੇ ਹਾਂ ਸਭ ਤੋਂ ਜੇ ਗੁੰਡਾਗਰਦੀ ਖਿਲਾਰ ਰਹੇ ਤਾਂ BJP ਵਾਲੇ ਆ, ਖਾਸ ਕਰਕੇ ਹੋਰ ਕੋਈ ਨਹੀਂ ਖਿਲਾਰ ਰਹੇ। ਕਦੇ ਅੱਤਵਾਦੀ ਦੱਸਦੇ ਆ, ਕਦੇ ਵੱਖਵਾਦੀ ਦੱਸਦੇ ਆ, ਕਦੇ ਖਾਲਿਸਤਾਨੀ ਕਹਿੰਦੇ ਆ। ਖਾਲਿਸਤਾਨੀ ਕੌਣ ਹੈ? ਇਹ BJP ਵਾਲੇ ਆ, BJP ਵਾਲੇ ਆ ਗੁੰਡਾਗਰਦੀ ਕਰਦੇ ਆ, ਇਹ ਅਸੀਂ ਨਹੀਂ ਹੋਣ ਦੇਵਾਂਗੇ। ਅਸੀਂ ਜ਼ਿਆਦਾ ਕੁਛ ਨਹੀਂ ਕਹਿੰਦੇ ਹੋਏ, ਇਹੋ ਜ਼ਰੂਰ ਦੱਸਣਾ ਚਾਹੁੰਦੇ, ਅਸੀਂ ਜਦ ਤੱਕ ਕਿਸਾਨ ਹਰ ਮੋਰਚੇ 'ਤੇ ਬੈਠਾ ਰਹੂਗਾ ਜਦ ਤੱਕ ਬਿੱਲ ਵਾਪਸ ਨਹੀਂ ਹੋਊਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।